ਕਾ ਕੰਡਾ ਪੇ ਇਹਨਾਂ ਨੂੰ ਪਾਸਟਰ ਜੀ ਹੁਣਾਂ ਨੇ ਪੁੱਛਿਆ ਕਿ ਤੁਸੀਂ ਦੁੱਖ ਸੁੱਖ ਵਾਲੇ ਸਾਥ ਹੋਗੇ ਤੇ ਇਹਨੇ ਕਹਿਤਾ ਪੱਕਾ ਨਹੀਂ ਕਹਿ ਸਕਦਾ ਸਾਥ ਮਜੇ ਨਹੀਂ ਤੇ ਇਹਨਾਂ ਨੇ ਮੇਰੇ ਮਾਪਿਆਂ ਨੂੰ ਕਿਹਾ ਕਿ ਅਸੀਂ ਵਿਆਹ ਕਰਨਾ ਤੇ ਪੈਲਸ ਵਿੱਚ ਕਰਨਾ ਨਹੀਂ ਤੇ ਅਸੀਂ ਨਹੀਂ ਕਰਨਾ ਇਹ ਮੇਰੇ ਕਹਿੰਦੇ ਰਿਸ਼ਤੇਦਾਰਾਂ ਨੇ ਲਹਿੰਗੇ ਪਾ ਕੇ ਆਉਣਾ ਵਾ ਤੇ ਅਸੀਂ ਤੁਹਾਡੀ ਗਲੀਆਂ ਵਿੱਚ ਪੂਰਾ ਹੁਣ ਜਾਣਾ ਵਾ ਮੇਰੇ ਡੈਡੀ ਦਾ ਹਰੀਦਾਰ ਆ ਤੇ ਉਹ ਉਹਨਾਂ ਨੇ ਕਰਜ਼ਾ ਚੁੱਕ ਕੇ ਸਾਰਾ ਇਹਨਾਂ ਦਾ ਸਭ ਕੁਝ ਕੀਤਾ ਤੇ ਇਹਨਾਂ ਨੂੰ ਕਿਹਾ ਕਿ ਜਦੋਂ ਰੀਤਵੇਲ ਦਾ ਰੈਂਟ ਸੀ ਇਹਨਾਂ ਕੋ ਮੰਗਿਆ ਤੇ ਪਾਰਲਰ ਦਾ ਰੈਂਟ ਹੀ ਇਹਨਾਂ ਕੋ ਮੰਗਿਆ ਤੇ ਇਹ ਕਹਿੰਦੇ ਕਿ ਨਹੀਂ ਇਹ ਤੁਸੀਂ ਦਿਓ ਇਹਨਾਂ ਨੂੰ ਇਹ ਮੇਰੀ ਕੁੜੀ ਦਾ ਨਿਕਾਹ ਕਰਨ ਲੱਗਾ ਮੁੰਡਾ ਤੇ ਤਾਂ ਵੀ ਮੇਰੀ ਕੁੜੀ ਨੂੰ ਉਹਨਾਂ ਪਾਸਟਰਾਂ ਨੇ ਪੁੱਛਿਆ ਕਿ ਤੈਨੂੰ ਮਨਜ਼ੂਰ ਆ ਤੇ ਕਹਿੰਦਾ ਸੋਚ ਕੇ ਦੱਸੂਗਾ ਦਾਜ ਮੰਗਦੇ ਆ ਮੇਰੇ ਕੁੜੀ ਨੂੰ ਕਹਿੰਦਾ ਹੁੰਦਾ ਕਿ ਮੋਟਰਸਾਈਕਲ ਲੈ ਕੇ ਆਈ ਮੇਰਾ ਵਿਆਹ ਸੀਗਾ ਅੱਜ ਤੇ ਸਿਰ ਗੱਲ ਹੋਈ ਆ ਰਿੰਗ ਤੋਂ ਤੇ ਇਹਨਾਂ ਨੇ ਬੋਲਿਆ ਕਿ ਰਿੰਗ ਲੈ ਕੇ ਆਓ ਕਿਉਂਕਿ ਆਲਰੇਡੀ ਇਹਨਾਂ ਨੇ ਮੇਰੇ ਨਾਨਕੇ ਨਾਲ ਗੱਲ ਨਹੀਂ ਕੀਤੀ ਅਗਰ ਉਹਨਾਂ ਨੂੰ ਬੋਲਿਆ ਹੁੰਦਾ ਕਿ ਰਿੰਗ ਲੈ ਕੇ ਆਓ ਤੇ ਰਿੰਗ ਲੈ ਕੇ ਆ ਜਾਣੀ ਸੀ ਪੈਲਸ ਦੇ ਵਿੱਚ ਬਰਾਤ ਦੇ ਸਵਾਗਤ ਤੋਂ ਬਾਅਦ ਮੁੰਦਰੀ ਅਤੇ ਦਾਜ ਨੂੰ ਲੈ ਕੇ ਪੈ ਗਿਆ ਪੰਗਾ ਦੋਵੇਂ ਧਿਰਾਂ ਲਾੜੀ ਅਤੇ ਲਾੜੀ ਸਮੇਤ ਪਹੁੰਚੀਆਂ ਠਾਣੇ ਤੁਹਾਨੂੰ ਦੱਸ ਦਿਓ ਕਿ ਤਸਵੀਰਾਂ ਬਟਾਲਾ ਦੀਆਂ ਨੇ ਜਿੱਥੇ ਬਟਾਲਾ ਦੇ ਵਿੱਚ ਵਿਆਹ ਦੇ ਦੌਰਾਨ ਉਸ ਵੇਲੇ ਮਾਹੌਲ ਗਰਮਾ ਗਰਮੀ ਹੋ ਗਿਆ ਜਦੋਂ ਪੈਲਸ ਦੇ ਵਿੱਚ ਪਹੁੰਚੀ ਬਰਾਤ ਦਾ ਲੜਕੀ ਵਾਲਿਆਂ ਦੇ ਵੱਲੋਂ ਸਵਾਗਤ ਕਰਨ ਤੋਂ ਬਾਅਦ ਮੁੰਦਰੀ ਅਤੇ ਦਾਜ ਨੂੰ ਲੈ ਕੇ ਦੋਵਾਂ ਧਿਰਾਂ ਵਿਚਕਾਰ ਕਲੇਸ਼ ਪੈ ਗਿਆ ਅਤੇ ਦੋਵਾਂ ਧਿਰਾਂ ਵਿਆਹ ਦੀਆਂ ਰਸਮਾਂ ਵਿੱਚ ਹੀ ਛੱਡ ਕੇ ਲਾੜੀ ਅਤੇ ਲਾੜੀ ਸਮੇਤ ਥਾਣੇ ਪਹੁੰਚ ਗਈਆਂ ਮੀਡੀਆ ਨਾਲ ਗੱਲਬਾਤ ਕਰਦੇ ਦੁਲਹਨ ਦੀ ਮਾਤਾ ਨੇ ਦੱਸਿਆ ਕਿ ਅੱਜ ਉਹਨਾਂ ਦੀ ਕੁੜੀ ਦਾ ਵਿਆਹ ਸੀ ਅਤੇ ਉਸ ਦੀ ਕੁੜੀ ਨੇ ਲਵ ਮੈਰਿਜ ਕਰਵਾਈ ਸੀ ਅਤੇ ਜਦੋਂ ਮੁੰਡੇ ਵਾਲੇ ਬਰਾਤ ਲੈ ਕੇ ਪੈਲਸ ਪਹੁੰਚੇ ਤਾਂ ਮੁੰਡੇ ਵਾਲਿਆਂ ਦੇ ਵੱਲੋਂ ਦੁਲਹਨ ਨੂੰ ਮੁੰਦਰੀ ਪਾਉਣੀ ਹੁੰਦੀ ਹੈ ਪਰ ਮੁੰਡੇ ਵਾਲਿਆਂ ਨੇ ਉਹਨਾਂ ਦੀ ਲੜਕੀ ਨੂੰ ਮੁੰਦਰੀ ਨਹੀਂ ਪਾਈ ਸਗੋਂ ਸਾਡੇ ਕੋਲੋਂ ਮੋਟਰਸਾਈਕਲ ਸਮੇਤ ਹੋਰ ਦਹੇਜ ਦੀ ਮੰਗ ਕਰਨ ਲੱਗ ਪਏ ਅਤੇ ਜਿਸ ਤੋਂ ਬਾਅਦ ਦੋਵਾਂ ਧਿਰਾਂ ਵਿਚਕਾਰ ਕਲੇਸ਼ ਵੱਧ ਗਿਆ ਆਖਿਰ ਕੀ ਹੈ ਪੂਰਾ ਮਾਮਲਾ ਆਓ ਤੁਹਾਨੂੰ ਦੋਵੇਂ ਧਿਰਾਂ ਦੇ ਕੋਲੋਂ ਸੁਣਾਉਂਦੀ ਹਾਂ ਜਿਹੜੇ ਇਹਨਾਂ ਨੇ ਕੰਮ ਕਿਹਾ ਮੈਂ ਉਸੇ ਕੰਮ ਕੀਤੇ ਇਹਨਾਂ ਦੇ ਮਾਸੀ ਜਿੱਦਣ ਰਾਤ ਗੰਢ ਲੈ ਕੇ ਆਈ ਹੈ ਨਾ ਮੇਰੇ ਘਰ ਮੇਰੇ ਕੁੜੀ ਤੱਕ ਇਹਨਾਂ ਜੁੱਟ ਤੱਕ ਨਹੀਂ ਲੈ ਕੇ ਦਿੱਤਾ ਮੇਰੀ ਧੀ ਨੂੰ ਇਹਨਾਂ ਸਾਰੇ ਕਲੈਣੇ ਕੰਮ ਕੀਤੇ ਮੇਰੀ ਧੀ ਨਾਲ ਉਹ ਵੀ ਮੈਂ ਜੁੱਟ ਆਪਣੇ ਘਰੋਂ ਲਿਆ ਕੇ ਪਾਇਆ ਫਿਰ ਮੇਰੀ ਕੁੜੀ ਦੀ ਜਿਹੜੇ ਬਿੱਦ ਲੋਕੀ ਵੰਡਦੇ ਉਹ ਵੀ ਤੱਕ ਨਹੀਂ ਲੈ ਕੇ ਆਏ ਫਿਰ ਮੈਂ ਤੱਕ ਚੱਲ ਕੋਈ ਗੱਲ ਨਹੀਂ ਫਿਰ ਕਹਿੰਦੇ ਕਿ ਸਾਡੇ ਚ ਰਿਵਾਜ ਆ ਕਿ ਸਾਡੇ ਘਰ ਮੁੰਡੇ ਦੀ ਪੱਗ ਦੇ ਕੇ ਜਾਓ ਮੈਂ ਤਾਂ ਵੀ ਆਪਣੇ ਘਰ ਮੇਰੀ ਕੁੜੀ ਦਾ ਨਿਕਾਹ ਕਰਨ ਲੱਗਾ ਮੁੰਡਾ ਤੇ ਤਾਂ ਵੀ ਮੇਰੀ ਕੁੜੀ ਨੂੰ ਪਾਸਟਰਾਂ ਨੇ ਪੁੱਛਿਆ ਕਿ ਤੈਨੂੰ ਮਨਜ਼ੂਰ ਆ ਤੇ ਕਹਿੰਦਾ ਸੋਚ ਕੇ ਦੱਸੂਗਾ ਦਾਜ ਮੰਗਦੇ ਆ ਮੇਰੇ ਕੁੜੀ ਨੂੰ ਕਹਿੰਦਾ ਹੁੰਦਾ ਕਿ ਮੋਟਰਸਾਈਕਲ ਲੈ ਕੇ ਆਈ ਪਹਿਲਾਂ ਵੀ ਸਾਰੇ ਮੰਗਦਾ ਹੁੰਦਾ ਕਹਿੰਦਾ ਹੁੰਦਾ ਕਿ ਮੈਂ ਜਿੰਨਾ ਚੱਕ ਮੋਟਰਸਾਈਕਲ ਨਾ ਲਿਆ ਕੇ ਦੇਗੀ ਨਾ ਉਹਨਾਂ ਚੱਕ ਮੈਂ ਤੈਨੂੰ ਲੈ ਕੇ ਨੀ ਤੇਰੇ ਪੇਕੇ ਜਾਣਾ ਇਹ ਮੈਨੂੰ ਧਮਕੀਆਂ ਦਿੰਦਾ ਹੁੰਦਾ ਕਿ 2-4 ਦਿਨ ਤੇਰੇ ਘਰ ਕੁੜੀ ਮੇਰੇ ਕੋਲ ਰਿਹਾ ਕਰ 2-4 ਦਿਨ ਤੇਰੇ ਘਰ ਰਿਹਾ ਕਰੂਗੀ ਮੈਂ ਆਪਣੀ ਬੇਟੀ ਦਾ ਨਾ ਸਾਫ਼ ਚਾਹੁੰਦੀ ਹਾਂ ਗੱਲ ਹੋਈ ਜਦੋਂ ਇਹ ਆਏ ਸਵੇਰੇ ਆਏ 4 ਵਜੇ ਆਏ ਅਸੀਂ ਇਹਨਾਂ ਨੂੰ ਕਾਫੀ ਟਾਈਮ ਤੋਂ ਉਡੀਕਦੇ ਰਹੇ ਇਹਨਾਂ ਨੂੰ 12 ਵਜੇ ਦਾ ਟਾਈਮ ਦਿੱਤਾ ਇਹ 4 ਵਜੇ ਆਏ ਤੇ ਫਿਰ ਆਏ ਤੇ ਬਾਅਦ ਵਿੱਚ ਇਹਨਾਂ ਨੇ ਨਿਕਾਹ ਕੰਡਾ ਪੇ ਇਹਨਾਂ ਨੂੰ ਪਾਸਟਰ ਜੀ ਉਹਨਾਂ ਨੇ ਪੁੱਛਿਆ ਕਿ ਤੁਸੀਂ ਦੁੱਖ ਸੁੱਖ ਵਾਲੇ ਸਾਥ ਹੋਗੇ ਤੇ ਇਹਨੇ ਕਹਿਤਾ ਪੱਕਾ ਨਹੀਂ ਕਹਿ ਸਕਦਾ ਸਾਥ ਮਜੇ ਨਹੀਂ ਤੇ ਫਿਰ ਬਾਅਦ ਵਿੱਚ ਇਹਨੂੰ ਪੁੱਛਿਆ ਕਿ ਤੇਰੀ ਮਰਜ਼ੀ ਨਾ ਵਿਆਹ ਉਹਨੇ ਕਾਫੀ ਟਾਈਮ ਸੋਚ ਕੇ ਇਹਨੇ ਬੋਲਿਆ ਹਾਂਜੀ ਮੇਰੀ ਮਰਜ਼ੀ ਨਾ ਹੋਣੀ ਇੱਦਾਂ ਇਹਨੇ ਬੋਲਿਆ ਤੇ ਬਾਅਦ ਵਿੱਚ ਅਸੀਂ ਚਲ ਗਏ ਤੇ ਇਹਨਾਂ ਨੂੰ ਕਾਫੀ ਟਾਈਮ ਦੇਖਦੇ ਰਹੇ ਇਹਨਾਂ ਨੇ ਛਾਪ ਲੈਣ ਦੀ ਕਿਹਾ ਤੇ ਇਹਨਾਂ ਨੇ ਛਾਪ ਵੀ ਨਹੀਂ ਬਣਾਈ ਨਾ ਉੱਥੇ ਆਧਾਰ ਕਾਰਡ ਲੈ ਕੇ ਆਏ ਪੈਲਸ ਵਿੱਚ ਨਾ ਪ੍ਰਕਾਰ ਲੈ ਕੇ ਆਏ ਇਹਨਾਂ ਨੇ ਕੁਛ ਵੀ ਨਹੀਂ ਕੀਤਾ ਤੇ ਇਹਨਾਂ ਨੇ ਮੇਰੇ ਮਾਪਿਆਂ ਨੂੰ ਕਿਹਾ ਕਿ ਅਸੀਂ ਵਿਆਹ ਕਰਨਾ ਤੇ ਪੈਲਸ ਵਿੱਚ ਕਰਨਾ ਨਹੀਂ ਤੇ ਅਸੀਂ ਨਹੀਂ ਕਰਨਾ ਇਹ ਮੇਰੇ ਕਹਿੰਦੇ ਰਿਸ਼ਤੇਦਾਰਾਂ ਨੇ ਲਹਿੰਗੇ ਪਾ ਕੇ ਆਉਣਾ ਵਾ ਤੇ ਅਸੀਂ ਤੁਹਾਡੀ ਗਲੀਆਂ ਵਿੱਚ ਪੂਰਾ ਹੁਣ ਜਾਣਾ ਵਾ ਮੇਰਾ ਇਹਦੀ ਮੰਮੀ ਨੇ ਇਹ ਗੱਲ ਕਹੀ ਸੀ ਤੇ ਬਾਅਦ ਵਿੱਚ ਮੇਰੇ ਡੈਡੀ ਦਾ ਹਰੀਦਾਰ ਆ ਤੇ ਉਹ ਉਹਨਾਂ ਨੇ ਕਰਜ਼ਾ ਚੁੱਕ ਕੇ ਸਾਰਾ ਇਹਨਾਂ ਦਾ ਸਭ ਕੁਛ ਕੀਤਾ ਤੇ ਫਿਰ ਵੀ ਇਹਨਾਂ ਦੇ ਜੰਮੂ ਵਾਲੇ ਰਿਸ਼ਤੇਦਾਰ ਇਹਨਾਂ ਨੇ ਸਭ ਕੁਛ ਕਿਹਾ ਵਾ ਮਾਸੀ ਇਹਦੇ ਘਰ ਜਾ ਕੇ ਸਾਡੇ ਨੰਬਰ ਆ ਬੋਲ ਕੇ ਆਈ ਸੀ ਗਲਤ ਬੋਲਿਆ ਉਹਨੇ ਅੱਜ ਪੈਰਿਸ ਦੇ ਵਿੱਚ ਵੀ ਕੋਈ ਇਹਨਾਂ ਦੀ ਗੱਲ ਹੋਈ ਇਸ ਤਰ੍ਹਾਂ ਦੀ ਦਹੇਜ ਮੰਗਣ ਦੀ ਜਾਂ ਕੁਝ ਹਾਂਜੀ ਇਹਨਾਂ ਨੂੰ ਕਿਹਾ ਕਿ ਜਦੋਂ ਰੀਤਵੇਲ ਦਾ ਰੈਂਟ ਸੀ ਇਹਨਾਂ ਕੋ ਮੰਗਿਆ
ਤੇ ਪਾਰਲਰ ਦਾ ਰੈਂਟ ਹੀ ਇਹਨਾਂ ਕੋ ਮੰਗਿਆ ਤੇ ਇਹ ਕਹਿੰਦੇ ਕਿ ਨਹੀਂ ਇਹ ਤੁਸੀਂ ਦਿਓ। ਲਵ ਮੈਰਿਜ ਸੀ ਤੁਹਾਡੀ? ਲਵ ਮੈਰਿਜ ਹੀ। ਕਿੰਨੀ ਦੇਰ ਦਾ ਅਫੇਅਰ ਚੱਲ ਰਿਹਾ ਸੀ? 1 ਸਾਲ ਦਾ। ਤੁਸੀਂ ਹੁਣ ਕੀ ਚਾਹੁੰਦੇ ਹੋ? ਹੁਣ ਮੈਂ ਨਹੀਂ ਜਾਣਾ ਚਾਹੁੰਦੀ ਇਹਨਾਂ ਘਰ, ਇਹ ਮੈਨਾਂ ਹੁਣ ਇਦਾਂ ਕਰਨਦੇ ਤੇ ਬਾਅਦ ਚ ਕੀ ਕਰਨਗੇ। ਸਰਹੀ ਆਏ ਸੀਗੇ ਇੱਥੇ, ਬਰਾਤ ਲੈ ਕੇ ਆਏ ਸੀਗੇ, ਮੇਰਾ ਵਿਆਹ ਸੀਗਾ ਅੱਜ। ਤੇ ਸਰ ਗੱਲ ਹੋਈ ਆ ਰਿੰਗ ਤੋਂ, ਤੇ ਸਰ ਮੇਰੇ ਸਾਰਾ ਵਿਆਹ ਮੇਰੇ ਨਾਨਕੇ ਵੇਖਦੇ ਪਏ ਨਾ। ਹਾਂਜੀ, ਸਾਰਾ ਵਿਆਹ ਮੇਰੇ ਨਾਨਕੇ ਵੇਖਦੇ ਪਏ ਤੇ ਉਹਨਾਂ ਨੇ ਬੋਲਿਆ ਕਿ ਸਾਡੇ ਵਿੱਚ ਰਿੰਗ ਨਹੀਂ ਪਾਉਂਦੇ, ਤੇ ਇਹਨਾਂ ਨੇ ਬੋਲਿਆ ਕਿ ਰਿੰਗ ਲੈ ਕੇ ਆਓ, ਕਿਉਂਕਿ ਆਲਰੇਡੀ ਇਹਨਾਂ ਨੇ ਮੇਰੇ ਨਾਨਕੇ ਨਾਲ ਗੱਲ ਨਹੀਂ ਕੀਤੀ। ਅਗਰ ਉਹਨਾਂ ਨੂੰ ਬੋਲਿਆ ਹੁੰਦਾ ਕਿ ਰਿੰਗ ਲੈ ਕੇ ਆਓ ਤੇ ਰਿੰਗ ਲੈ ਕੇ ਆ ਜਾਣੀ ਸੀ, ਤੇ ਉਹ ਫਿਰ ਗੱਲ ਬਸ ਰਿੰਗ ਤੋਂ, ਇੱਕ ਰਿੰਗ ਨਹੀਂ ਲੈ ਕੇ ਆਏ ਔਰ ਇੱਦਾਂ ਕੋਈ ਚੱਕਰ ਨਹੀਂ ਆ, ਬਸ ਇੱਡਾ ਕੋਈ ਇਸ਼ੂ ਨਹੀਂ ਹੈ, ਗੱਲ ਸਾਰੀ ਬਸ ਰਿੰਗ ਦੀ ਹੈ। ਹੱਥੋਂ ਪਾਈ ਸਰ, ਮੇਰੇ ਹੱਥ ਪਾਏ, ਮੈਂ ਸਿਆਣੇ ਹੀ ਮੈਂ ਕੁਛ ਨਹੀਂ ਕਿਹਾ, ਕਿਉਂਕਿ ਉਹਨਾਂ ਡਰਿੰਕ ਕੀਤੀ ਸੀਗੀ। ਹਾਂਜੀ ਸਰ, ਉਹਨਾਂ ਡਰਿੰਕ ਕੀਤੀ ਸੀਗੀ, ਇੱਕ ਨੇ ਧੱਕਾ ਮਾਰਿਆ, ਇੱਕ ਮੇਰੇ ਚ ਫੇਰ ਮਨ ਲੱਗਾ, ਮੈਂ ਹੱਥ ਪਾਲਿਆ। ਇਸ ਤੋਂ ਬਾਅਦ ਮੈਂ ਕੋਈ ਗੱਲ ਨਹੀਂ ਕੀਤੀ, ਕਿਉਂਕਿ ਮੇਰੀ ਮੰਮੀ ਨਾਲ ਸੀਗੀ, ਮੇਰੀ ਭੈਣ ਸੀਗੀ, ਉਹਨਾਂ ਦੇ ਹੱਥ ਉਠਾ ਰਹੇ ਸੀ, ਉਹਨਾਂ ਲੜਨ ਪੈਣ ਦੀ ਸੀ, ਮੈਂ ਉਹਨਾਂ ਨੂੰ ਕਵਰ ਕੀਤਾ ਹੋਇਆ ਸੀ। ਨਹੀਂ ਸਰ, ਉਹ ਐਕਚੁਅਲੀ ਪਤਾ ਕੀ ਗੱਲ ਹੋਈ, ਉਹ ਨਾ ਉਹਨਾਂ ਨੇ ਬੋਲਿਆ ਮੈਨੂੰ ਕਿ ਮੇਰੇ ਨਾਲ ਦੀ ਨੇ ਬੋਲਿਆ ਕਿ ਮੈਂ ਕੁਛ ਸਭ ਕੁਛ ਲੈ ਕੇ ਆਉਣਾ। ਮੈਂ ਕਿਹਾ ਕੁਛ ਨਾ ਲੈ ਗਈ, ਮੈਨੂੰ ਸਭ ਕੁਛ ਆਲਰੇਡੀ ਹੈਗਾ, ਕਹਿੰਦੀ ਨਹੀਂ ਮੈਂ ਮੋਟਰਸਾਈਕਲ ਲੈ ਕੇ ਆਉਣਾ। ਮੈਂ ਕਿਹਾ ਪਹਿਲੇ ਮੋਟਰਸਾਈਕਲ ਕੀ ਕਰਨਾ ਹੈ? ਮੋਟਰਸਾਈਕਲ ਮੈਂ ਨਹੀਂ ਬੋਲਿਆ, ਐਕਚੁਅਲੀ ਮੈਂ ਨਹੀਂ ਬੋਲਿਆ, ਮੇਰੇ ਰਿਸ਼ਤੇਦਾਰ ਜਿਹੜੇ ਆਏ ਨਾ ਉਹਨਾਂ ਕੋਲ ਗਲਤੀ ਨਾਲ ਬੋਲਿਆ ਗਿਆ, ਕਿਉਂਕਿ ਉਹ ਮੇਰੇ ਮੰਮੀ ਨੂੰ ਮਾੜਾ ਕਹਿੰਦੇ ਸੀ ਨਾ, ਤੇ ਮੇਰੇ ਰਿਸ਼ਤੇਦਾਰ ਮਾੜਾ ਕਹਿੰਦੇ ਪਏ ਸੀ, ਤੇ ਮੇਰੇ ਰਿਸ਼ਤੇਦਾਰਾਂ ਕੋਲ ਨਹੀਂ ਸੁਣਿਆ ਗਿਆ, ਤੇ ਉਹਨਾਂ ਨੇ ਬੋਲਤਾ ਕਿ ਤੂੰ ਸਾਡੇ ਤੇ ਰੋਹ ਪਕੰਡੀ ਆ, ਤੂੰ ਕੀ ਸਾਨੂੰ ਦੇ ਦੇ, ਬਸ ਐਡਾ ਕੁਛ। ਰਾਜਾ ਇੰਟਰਨੈਸ਼ਨਲ। ਹੁਣ ਸਰ ਮੈਂ ਇਹੀ ਚਾਹੁੰਦਾ ਕਿ ਬਸ ਮੈਂ ਹੁਣ ਪੈਸੇ ਚੁੱਕ ਚੁਕਾ ਕੇ, ਸਰ ਪੈਸੇ ਚੁੱਕ ਚੁਕਾ ਕੇ ਵਿਆਹ ਕੀਤਾ ਆ, ਮੈਂ ਹੱਥ ਜੋੜ ਕੇ ਮਾਫ਼ੀ ਮੰਗੀ ਆਪਣੀ ਸੱਸ ਕੋਲੋਂ ਵੀ, ਆਪਣੀ ਉਹਨੂੰ ਵੀ ਬੋਲਿਆ, ਉਹ ਬੋਲੀ ਕਿ ਤੇਰੇ ਘਰਦੇ ਮੇਰੇ ਘਰਦਿਆਂ ਦੀ ਇੱਜ਼ਤ ਨਹੀਂ ਕਰਦੇ, ਕੁੜੀ ਨੇ ਬੋਲਿਆ। ਮੈਂ ਕਿਹਾ ਜੀ ਮੇਰੇ ਘਰਦੇ ਨਹੀਂ ਇੱਜ਼ਤ ਕਰਦੇ, ਮੈਂ ਹੱਥ ਜੋੜ ਕੇ ਤੇ ਮਾਫ਼ੀ ਮੰਗਦਾ ਹਾਂ, ਮੈਂ ਉਹਨਾਂ ਲਈ ਸਗੋਂ ਮਾਫ਼ੀ ਮੰਗਦਾ, ਮੈਂ ਆਪਣੀ ਸੱਸ ਨੂੰ ਵੀ ਬੋਲਿਆ, ਮੈਂ ਆਪਣੇ ਰਿਸ਼ਤੇਦਾਰਾਂ ਦੀ ਤੱਕ ਮਾਫ਼ੀ ਮੰਗਦਾ ਜੀ ਉਹਨਾਂ ਨੇ ਕੀਤਾ ਵੀ ਆ। ਤੇ ਉਹ ਉਹਨਾਂ ਨੇ ਹੈ ਵੀ ਸਰ ਲਵ ਮੈਰਿਜ ਆ, ਲਵ ਮੈਰਿਜ ਆ। ਅਗਰ ਉਹ ਹੁਣ ਬੋਲਦੀ ਆ ਕਿ ਮੈਂ ਨਹੀਂ ਜਾਣਾ, ਇਹ ਗੱਲ ਉਹ ਮੈਨੂੰ ਪਹਿਲੇ ਵੀ ਬੋਲ ਸਕਦੀ ਸੀਗੀ ਕਿ ਮੈਂ ਤੇਰੇ ਨਾਲ ਵਿਆਹ ਨਹੀਂ ਕਰਾਉਣਾ, ਇੰਨਾ ਖਰਚਾ ਕਰਨ ਦੀ ਕੋਈ ਚੱਕਰ ਹੀ ਨਹੀਂ ਹੁੰਦਾ, ਹੁਣ ਹੈ ਲਵ ਮੈਰਿਜ ਆ। ਇੱਕ ਲੜਕੀ ਵਾਲੇ ਇੱਥੇ ਸੁਚੇਤਗੜ੍ਹ ਦੇ ਆ, ਤੇ ਆਪਣੇ ਸਾਨੂੰ ਇਹ ਇਨਫੋਰਮੇਸ਼ਨ ਆਈ ਕਿ ਦੋਵੇਂ ਪਾਰਟੀਆਂ ਆਪਸ ਵਿੱਚ ਤਰਖਬਾਜ਼ੀ ਕਰ ਰਹੀਆਂ ਵਾ ਪੈਲਸ ਰਾਜਾ ਪੈਲਸ ਵਿੱਚ, ਕਿ ਮੈਰਿਜ ਹੈਗੀ ਸੀ ਇੱਦਾਂ ਦੀ। ਤੇ ਫਿਰ ਸਾਨੂੰ ਇਨਫੋਰਮੇਸ਼ਨ ਮਿਲ ਤੇ ਅਸੀਂ ਉੱਥੇ ਪਹੁੰਚੇ ਹਾਂ ਤੇ ਵੇਖਿਆ ਕਿ ਦੋਵਾਂ ਜੀ ਆਪਣੇ ਲੜਕੀ ਵਾਲੇ ਜਿਹੜੇ ਆ ਲੜਕੇ ਪਰਿਵਾਰ 'ਤੇ ਦਹੇਜ ਮੰਗਦਾ ਦਾ ਇਲਜ਼ਾਮ ਲਾ ਰਹੇ ਸੀ, ਅਤੇ ਮਾਹੌਲ ਉੱਥੇ ਥੋੜ੍ਹਾ ਤਣਾਅਪੂਰਨ ਸੀ, ਅਤੇ ਕੋਈ ਗੱਲ ਸਮਝ ਤੋਂ ਬਾਹਰ ਜਾ ਰਹੀ ਸੀ। ਹਾਰ ਕੇ ਇਹਨਾਂ ਦੋਵਾਂ ਪਾਰਟੀਆਂ ਨੂੰ ਅਸੀਂ ਥਾਣੇ ਬੁਲਾ ਲਿਆ ਵਾ, ਇਹਨਾਂ ਦੋਵਾਂ ਪਾਰਟੀ ਦੀ ਗੱਲ ਸੁਣਦੇ ਹਾਂ ਕੀ ਗੱਲ ਹੈਗੀ ਆ, ਸੱਚਾਈ ਕੀ ਹੈਗੀ ਆ, ਜੋ ਵੀ ਕਾਨੂੰਨੀ ਕਾਰਵਾਈ ਜਿਹਦੇ ਖਿਲਾਫ ਬੰਦੀ ਕੀਤੀ ਜਾਏਗੀ। ਭਾਅ ਜੀ ਦੇਖਿਆ ਜਾਵੇ ਤਾਂ ਇੱਕ ਬੇਟੀ ਦਾ ਵਿਆਹ ਕਰਨ ਲੱਗਿਆਂ ਕਿੰਨਾ ਕੋਈ ਖਰਚਾ ਕਰਨਾ ਪੈਂਦਾ ਮਾਂ ਬਾਪ ਨੂੰ, ਬੇਟੀ ਵੀ ਭੇਜਣੀ ਪੈਂਦੀ ਹੈ, ਪਰ ਇਸ ਤਰੀਕੇ ਦਾ ਜਦੋਂ ਮਾਹੌਲ ਬਣ ਜਾਵੇ ਤਾਂ ਫਿਰ ਕਿਤੇ ਨਾ ਕਿਤੇ ਨੁਕਸਾਨ ਤੇ ਬੇਟੀ ਪਰਿਵਾਰ ਦਾ ਵੀ ਹੁੰਦਾ। ਵੇਖੋ ਜੀ, ਹਰ ਕੋਈ ਬੰਦਾ ਆਪਣੇ ਬੱਚਿਆਂ ਵਾਸਤੇ ਕਰਦਾ ਜੀ, ਕੋਈ ਕਿ ਜਿੱਦਾਂ ਦੀ ਮੈਂ ਘੱਟ ਕਰਾਂ, ਵੱਧ ਤੋਂ ਵੱਧ ਕਰਦਾ ਕੋਸ਼ਿਸ਼ ਜੀ ਮੇਰੀ ਕੋਈ ਇੱਜ਼ਤ ਵਾਲੇ ਸਵਾਲ ਬੇਚੀ ਨਾ ਜੀ। ਤੇ ਜਦੋਂ ਇਹੋ ਜਿਹਾ ਮਾਹੌਲ ਪੈਦਾ ਬਣ ਜਾਂਦਾ, ਕੋਈ ਇਹਦਾ ਕਾਰਨ ਤੇ ਬਣਦਾ ਹੋਊਗਾ ਨਾ ਕਿ ਬਣਿਆ ਕੀ ਆ, ਕਿਉਂ ਹੋਇਆ ਏ, ਹੁਣ ਇਹਦਾ ਕਾਰਨ ਹੀ ਪਤਾ ਕਰਾਂਗੇ ਹੋਇਆ ਕਿਉਂ ਏ। ਸ਼ਾਦੀਸ਼ੁਦਾ ਜੀਵਨ ਦਾ ਆਨੰਦ ਮਾਣਨ ਲਈ ਅੱਜ ਹੀ ਸੰਪਰਕ ਕਰੋ ਡਾਕਟਰ ਗੁਪਤਾ 6961177000, ਉਮਰ ਹੋਵੇ 25 ਜਾਂ 65 ਸਾਲ, ਬੁਢਾਪੇ ਵਿੱਚ ਵੀ ਜਵਾਨੀ ਵਰਗੇ ਜੋਸ਼ ਅਤੇ ਤਾਕਤ ਦਾ ਆਨੰਦ ਮਾਣੋ। ਕ੍ਰੈਸ਼ ਸਮਾਂ ਜਿੰਨਾ ਚਾਹੋ ਉਨਾ ਵਧਾ, ਨਾ ਮਰਦੀ ਮਰਦਾਨਾ ਕਮਜ਼ੋਰੀ, ਤਾਤ ਸੁਪਨਦੋਸ਼, ਬਚਪਨ ਦੀਆਂ ਗਲਤੀਆਂ, ਸ਼ੂਗਰ ਜਾਂ ਵਾਧੀ ਉਮਰ ਕਾਰਨ ਆਈ ਸੈਕਸ ਕਮਜ਼ੋਰੀ, ਸ਼ੀਘਰ ਪਤਨ, ਨਸ਼ਾ ਦੀ ਕਮਜ਼ੋਰੀ ਜਾਂ ਢਿੱਲਾਪਣ, ਨਸ਼ੇ ਕਾਰਨ ਆਈ ਸੈਕਸ ਕਮਜ਼ੋਰੀ, ਬਿਓਲਾ ਦੁਖੀ ਭੈਣ ਭਰਾ, ਇੱਕ ਵਾਰ ਜ਼ਰੂਰ ਸੰਪਰਕ ਕਰੋ। ਸਾਡੀ ਦਵਾਈ 100% ਸ਼ੁੱਧ ਆਯੁਰਵੈਦਿਕ ਦਵਾਈ ਹੈ, ਦੇਸ਼ ਵਿਦੇਸ਼ 'ਚ ਦਵਾਈ ਭੇਜਣ ਦਾ ਵੀ ਖਾਸ ਪ੍ਰਬੰਧ। ਆਨੰਦ ਦਵਾਖਾਨਾ, ਪਤਾ ਸਾਹਮਣੇ ਬੱਸ ਸਟੈਂਡ, ਪਟਿਆਲਾ, ਪੰਜਾਬ, 6961177000। ਦਵਾਈ ਦਾ ਅਸਰ ਹਰ ਮਰੀਜ਼ ਲਈ ਵੱਖਰਾ ਵੱਖਰਾ ਹੋ ਸਕਦਾ ਹੈ।